ਤਾਂ ਮਤਲਬ ਕੀ ਨਾਮ ਹੈ ਤੁਹਾਡਾ? ਚਰਨਜੀਤ ਕੌਰ। ਚਰਨਜੀਤ ਕੌਰ ਜੀ, ਤੁਸੀਂ ਡੇਰਾ ਸੱਚਾ ਸੌਦਾ ਨਾਲ ਕਦੋਂ ਤੋਂ ਜੁੜੇ? 2000। ਸਨ 2000 ਤੋਂ ਤੁਸੀਂ ਜੁੜਨ ਲਗਭਗ 20-21 ਸਾਲ ਹੋ ਗਏ। ਵੈਸੇ ਰਹਿਣ ਵਾਲੇ ਕਿੱਥੋਂ ਹੋ ਤੁਸੀਂ? ਅਸੀਂ ਪੰਜਾਬ ਤੋਂ, ਪਟਿਆਲੇ 'ਚ। ਪੰਜਾਬ ਪਟਿਆਲਾ ਤੋਂ ਤੁਸੀਂ ਰਹਿਣ ਵਾਲੇ ਹੋ, ਲਗਭਗ 20-21 ਸਾਲ ਤੁਹਾਨੂੰ ਡੇਰਾ ਸੱਚਾ ਸੌਦਾ ਦੇ ਵਿੱਚ ਰਹਿੰਦੇ ਨੂੰ ਹੋ ਗਏ। ਕਿ ਇਸ ਸਮੇਂ ਦੌਰਾਨ ਤੁਸੀਂ ਨੇ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਦੇਖਿਆ ਡੇਰੇ? ਨਹੀਂ ਜੀ, ਅਸੀਂ ਨਹੀਂ ਦੇਖਿਆ। ਤੁਸੀਂ ਅਗਰ ਕੋਈ ਗਲਤ ਕੰਮ ਹੁੰਦੇ ਨਹੀਂ ਦੇਖਿਆ ਤਾਂ ਜੋ ਗੁਰੂ ਜੀ ਦੇ ਉੱਪਰ ਦੋਸ਼ ਲੱਗ ਰਹੇ ਨੇ ਉਹਨਾਂ 'ਤੇ ਕਿੰਨੀ ਕੁ ਸੱਚਾਈ ਹੈ? ਉਹਨਾਂ 'ਤੇ ਸੱਚਾਈ ਹੋਵੇ, ਸਾਰੀ ਸੱਚਾਈ। ਦੋਸ਼ ਲੱਗ ਰਹੇ ਹੈ ਜਿਹੜੇ, ਗਲਤ ਲੱਗ ਰਹੇ ਨੇ। ਦੋਸ਼ ਲੱਗ ਰਹੇ, ਗਲਤ ਲੱਗ ਰਹੇ? ਗਲਤ ਲੱਗ ਰਹੇ। ਕਿਉਂ ਗੁਰੂ ਜੀ ਦੇ ਉੱਪਰ ਹੀ ਕਿਉਂ ਦੋਸ਼ ਲੱਗ ਰਹੇ ਨੇ? ਮੈਂ ਤਾਂ ਇਹ ਗੱਲ ਬੋਲੀ ਨਹੀਂ ਜਾ ਰਹੀ ਹੈਗੀ, ਮੇਰੇ ਅੰਦਰ ਮਤਲਬ ਇੰਨਾ ਬਰਾਗ ਆ ਰਿਹਾ ਨਾ ਗੁਰੂ ਜੀ ਬਾਰੇ, ਕੁਛ ਕਹਿ ਨਹੀਂ ਸਕਦੀ। ਅਗਰ ਤੁਹਾਨੂੰ ਗੁਰੂ ਜੀ ਕਹਿੰਦੇ ਨੇ ਕਿ ਅੱਜ ਆਹ ਅਸੀਂ ਨੇ ਮਾਨਤਾ ਭਲਾਈ ਦਾ ਕੰਮ ਦੇ ਚੰਗਾ ਕੰਮ ਸ਼ੁਰੂ ਕਰਨਾ, ਤੁਸੀਂ ਤਿਆਰ? ਹਾਂ ਜੀ, ਤਿਆਰ। 20-21 ਸਾਲ ਤੋਂ ਤੁਸੀਂ ਰਹਿ ਰਹੇ ਹੋ। ਹਾਂ, ਤਾਂ ਮਹਿਲਾਵਾਂ ਦੇ ਅਗਰ ਆਪਾਂ ਨਜ਼ਰੀਏ ਨਾਲ ਦੇਖੀਏ, ਡੇਰਾ ਸੱਚਾ ਸੌਦਾ ਬਾਹਰ ਦੀ ਦੁਨੀਆ ਦੇ ਮੁਕਾਬਲੇ ਕਿੰਨਾ ਕੁ ਸੁਰੱਖਿਅਤ ਹੈ ਜਾਂ ਅਸੁਰੱਖਿਅਤ ਹੈ? ਸੁਰੱਖਿਅਤ ਹੈ ਜੀ, ਪੂਰਾ ਸੁਰੱਖਿਅਤ ਹੈ।